ਬਸ ਜਿਹੜਾ ਝਾੜੂ ਨੂੰ ਜੀਪੀ ਆਵੇ ਪੀਪੀ ਆਵੇ ਜੋ ਮਰਜ਼ੀ ਆਵੇ ਝਾੜੂ ਨੂੰ ਪਾ ਦਾਂਗੇ ਅਸੀਂ। ਇਹ ਚੀਜ਼ ਬਹੁਤ ਹੈ ਵੀ ਮੈਂ ਪੱਕਾ ਕਾਂਗਰਸੀ ਹੈ, ਮੈਂ ਪੱਕਾ ਝਾੜੂ ਵਾਲਾ, ਮੈਂ ਪੱਕਾ ਨਹੀਂ ਪੱਕੇ ਪੁੱਕੇ ਨਹੀਂ, ਵਧੀਆ ਲੱਗਿਆ ਯਾਰ, ਕੋਈ ਟੋਲ ਪਲਾਜ਼ਾ ਨਹੀਂ ਕਿਸੇ ਨੇ ਅੱਜ ਤੱਕ ਬੰਦ ਕਰਾਇਆ ਹਨਾ, ਅੱਜ ਤੱਕ ਮਤਲਬ ਸਾਡੇ ਪਿੰਡ ਤੱਕ ਮਤਲਬ ਲਾਈਟਾਂ ਨੇ ਜਿਹੜੀਆਂ ਆਹ ਚਲਾਈਆਂ ਨੀ ਕਦੇ ਕਿਸੇ ਵੀ ਪਾਰਟੀ ਨੇ। ਹਸਪਤਾਲ ਉਹ ਰੈਫਰ ਹਸਪਤਾਲ ਇਹ ਰਹਿ ਗਏ, ਸਿਵਲ ਹਸਪਤਾਲ ਰੈਫਰ ਹੀ ਕਰ ਸਕਦੇ ਹਾਂ ਸਿਰਫ। ਉਹ ਕਹਿੰਦਾ ਵੀ ਮੰਡੀ ਦੇ ਵਿੱਚ ਝਾੜੂ ਦਾ ਕੰਮ ਵੱਧ ਹੁੰਦਾ ਤਾਂ ਪਾ ਰਹੇ ਹੋ ਕਿ ਪਹਿਲਾਂ ਤੋਂ ਪਾ ਰਹੇ ਯਾਰ? ਨਹੀਂ ਪਹਿਲਾਂ ਤੋਂ ਹੁਣ ਇਹ ਤਾਂ ਪਾਰਟੀ ਹੋਣ ਆਈ ਆ, ਕੰਮ ਵਧੀਆ ਲੱਗੇ ਇਹਨਾਂ ਦੇ, ਹੁਣ ਤੁਸੀਂ ਜੀਪੀ ਨੂੰ ਚੜਾ ਰਹੇ ਹੋ। ਬਸ ਜਿਹੜਾ ਝਾੜੂ ਨੂੰ ਜੀਪੀ ਆਵੇ ਪੀਪੀ ਆਵੇ ਜੋ ਮਰਜ਼ੀ ਆਵੇ ਝਾੜੂ ਨੂੰ ਪਾ ਦਾਂਗੇ। ਇਹ ਚੀਜ਼ ਬਹੁਤ ਹੈ ਵੀ ਮੈਂ ਪੱਕਾ ਕਾਂਗਰਸੀ ਹੈ, ਮੈਂ ਪੱਕਾ ਝਾੜੂ ਵਾਲਾ, ਮੈਂ ਪੱਕਾ ਨਹੀਂ ਪੱਕੇ ਪੁੱਕੇ ਨਹੀਂ, ਵਧੀਆ ਲੱਗਿਆ ਯਾਰ, ਸਾਡੇ ਪਿੰਡ ਕੋਈ ਟੋਲ ਪਲਾਜ਼ਾ ਨਹੀਂ ਕਿਸੇ ਨੇ ਅੱਜ ਤੱਕ ਬੰਦ ਕਰਾਇਆ ਹਨਾ, ਅੱਜ ਤੱਕ ਮਤਲਬ ਸਾਡੇ ਪਿੰਡ ਤੱਕ ਮਤਲਬ ਲਾਈਟਾਂ ਨੇ ਜਿਹੜੀਆਂ ਆਹ ਚਲਾਈਆਂ ਨੀ ਕਦੇ ਕਿਸੇ ਵੀ ਪਾਰਟੀ ਨੇ। ਹਸਪਤਾਲ ਉਹ ਰੈਫਰ ਹਸਪਤਾਲ ਇਹ ਰਹਿ ਗਏ, ਸਿਵਲ ਹਸਪਤਾਲ ਰੈਫਰ ਹੀ ਕਰ ਸਕਦੇ ਹਾਂ ਸਿਰਫ। ਤੇ ਹੁਣ ਤੁਸੀਂ ਮਤਲਬ ਕਿ ਇਹ ਸਰਕਾਰ ਦੀ ਕਾਰਗੁਜ਼ਾਰੀ ਨੂੰ 2 ਸਾਲ ਦੀ ਵਧੀਆ ਮੰਨਦੇ ਹੋ? ਠੀਕ ਆ, ਵਧੀਆ, ਬਾਕੀਆਂ ਨਾਲੋਂ ਵਧੀਆ ਨੇ, ਲੋਟੂ ਟੋਲੋ। ਅੱਛਾ ਚਲੋ, ਫਿਰ ਤਾਂ ਤੁਸੀਂ ਝਾੜੂ ਨੂੰ ਪੂਰਾ ਸਪੋਰਟ ਦੇ ਰਹੇ ਹੋ। ਉਹ ਕਹਿੰਦਾ ਵੀ ਮੰਡੀ ਦੇ ਵਿੱਚ ਝਾੜੂ ਦਾ ਕੰਮ ਵੱਧ ਹੁੰਦਾ ਤਾਂ ਪਾ ਰਹੇ ਹੋ ਕਿ ਪਹਿਲਾਂ ਤੋਂ ਪਾ ਰਹੇ ਹੋ? ਨਹੀਂ ਪਹਿਲਾਂ ਤੋਂ ਤਾਂ ਹੁਣ ਇਹ ਤਾਂ ਪਾਰਟੀ ਹੋਣ ਆਈ ਆ, ਕੰਮ ਵਧੀਆ ਲੱਗੇ ਇਹਨਾਂ ਦੇ, ਹੁਣ ਤੁਸੀਂ ਜੀਪੀ ਨੂੰ ਚੜਾ ਰਹੇ ਹੋ। ਬਸ ਜਿਹੜਾ ਝਾੜੂ ਨੂੰ ਜੀਪੀ ਆਵੇ ਪੀਪੀ ਆਵੇ ਜੋ ਮਰਜ਼ੀ ਆਵੇ ਝਾੜੂ ਨੂੰ ਪਾ ਦਾਂਗੇ। ਇਹ ਚੀਜ਼ ਬਹੁਤ ਹੈ ਵੀ ਮੈਂ ਪੱਕਾ ਕਾਂਗਰਸੀ ਹੈ, ਮੈਂ ਪੱਕਾ ਝਾੜੂ ਵਾਲਾ, ਮੈਂ ਪੱਕਾ ਨਹੀਂ ਪੱਕੇ ਪੁੱਕੇ ਨਹੀਂ, ਵਧੀਆ ਲੱਗਿਆ ਯਾਰ, ਸਾਡੇ ਪਿੰਡ ਕੋਈ ਟੋਲ ਪਲਾਜ਼ਾ ਨਹੀਂ ਕਿਸੇ ਨੇ ਅੱਜ ਤੱਕ ਬੰਦ ਕਰਾਇਆ ਹਨਾ, ਅੱਜ ਤੱਕ ਮਤਲਬ ਸਾਡੇ ਪਿੰਡ ਤੱਕ ਮਤਲਬ ਲਾਈਟਾਂ ਨੇ ਜਿਹੜੀਆਂ ਆਹ ਚਲਾਈਆਂ ਨੀ ਕਦੇ ਕਿਸੇ ਵੀ ਪਾਰਟੀ ਨੇ। ਹਸਪਤਾਲ ਉਹ ਰੈਫਰ ਹਸਪਤਾਲ ਇਹ ਰਹਿ ਗਏ, ਸਿਵਲ ਹਸਪਤਾਲ ਰੈਫਰ ਹੀ ਕਰ ਸਕਦੇ ਹਾਂ ਸਿਰਫ। ਤੇ ਹੁਣ ਤੁਸੀਂ ਮਤਲਬ ਕਿ ਇਹ ਸਰਕਾਰ ਦੀ ਕਾਰਗੁਜ਼ਾਰੀ ਨੂੰ 2 ਸਾਲ ਦੀ ਵਧੀਆ ਮੰਨਦੇ ਹੋ? ਠੀਕ ਆ, ਵਧੀਆ, ਬਾਕੀਆਂ ਨਾਲੋਂ ਵਧੀਆ ਨੇ, ਲੋਟੂ ਟੋਲੋ। ਅੱਛਾ ਚਲੋ, ਫਿਰ ਤਾਂ ਤੁਸੀਂ ਝਾੜੂ ਨੂੰ ਪੂਰਾ ਸਪੋਰਟ ਦੇ ਰਹੇ ਹੋ। ਉਹ ਕਹਿੰਦਾ ਵੀ ਮੰਡੀ ਦੇ ਵਿੱਚ ਝਾੜੂ ਦਾ ਕੰਮ ਵੱਧ ਹੁੰਦਾ ਤਾਂ ਪਾ ਰਹੇ ਹੋ ਕਿ ਪਹਿਲਾਂ ਤੋਂ ਪਾ ਰਹੇ ਹੋ? ਨਹੀਂ ਪਹਿਲਾਂ ਤੋਂ ਹੁਣ ਇਹ ਤਾਂ ਪਾਰਟੀ ਹੋਣ ਆਈ ਆ, ਕੰਮ ਵਧੀਆ ਲੱਗੇ ਇਹਨਾਂ ਦੇ, ਹੁਣ ਤੁਸੀਂ ਜੀਪੀ ਨੂੰ ਚੜਾ ਰਹੇ ਹੋ। ਬਸ ਜਿਹੜਾ ਝਾੜੂ ਨੂੰ ਜੀਪੀ ਆਵੇ ਪੀਪੀ ਆਵੇ ਜੋ ਮਰਜ਼ੀ ਆਵੇ ਝਾੜੂ ਨੂੰ ਪਾ ਦਾਂਗੇ। ਇਹ ਚੀਜ਼ ਬਹੁਤ ਹੈ ਵੀ ਮੈਂ ਪੱਕਾ ਕਾਂਗਰਸੀ ਹੈ, ਮੈਂ ਪੱਕਾ ਝਾੜੂ ਵਾਲਾ, ਮੈਂ ਪੱਕਾ ਨਹੀਂ ਪੱਕੇ ਪੁੱਕੇ ਨਹੀਂ, ਵਧੀਆ ਲੱਗਿਆ ਯਾਰ, ਸਾਡੇ ਪਿੰਡ ਕੋਈ ਟੋਲ ਪਲਾਜ਼ਾ ਨਹੀਂ ਕਿਸੇ ਨੇ ਅੱਜ ਤੱਕ ਬੰਦ ਕਰਾਇਆ ਹਨਾ, ਅੱਜ ਤੱਕ ਮਤਲਬ ਸਾਡੇ ਪਿੰਡ ਤੱਕ ਮਤਲਬ ਲਾਈਟਾਂ ਨੇ ਜਿਹੜੀਆਂ ਆਹ ਚਲਾਈਆਂ ਨੀ ਕਦੇ ਕਿਸੇ ਵੀ ਪਾਰਟੀ ਨੇ। ਹਸਪਤਾਲ ਉਹ ਰੈਫਰ ਹਸਪਤਾਲ ਇਹ ਰਹਿ ਗਏ, ਸਿਵਲ ਹਸਪਤਾਲ ਰੈਫਰ ਹੀ ਕਰ ਸਕਦੇ ਹਾਂ ਸਿਰਫ। ਤੇ ਹੁਣ ਤੁਸੀਂ ਮਤਲਬ ਕਿ ਇਹ ਸਰਕਾਰ ਦੀ ਕਾਰਗੁਜ਼ਾਰੀ ਨੂੰ 2 ਸਾਲ ਦੀ ਵਧੀਆ ਮੰਨਦੇ ਹੋ? ਠੀਕ ਆ, ਵਧੀਆ, ਬਾਕੀਆਂ ਨਾਲੋਂ ਵਧੀਆ ਨੇ, ਲੋਟੂ ਟੋਲੋ। ਅੱਛਾ ਚਲੋ, ਫਿਰ ਤਾਂ ਤੁਸੀਂ ਝਾੜੂ ਨੂੰ ਪੂਰਾ ਸਪੋਰਟ ਦੇ ਰਹੇ ਹੋ।